ਅੰਟਾਰੀਓ ਦੀਆਂ ਸੁਭਾਈ ਜੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਰੈਲੀਆਂ ਤੇ ਇਕੱਠ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਬ੍ਰੈਂਪਟਨ ਇਜ਼ ਇੱਕ ਅਜਿਹੀ ਰਾਈਡਿੰਗ ਹੈ ਜਿੱਥੇ ਪੰਜਾਬੀ ਹੀ ਇੱਕ ਦੂਜੇ ਨੂੰ ਟੱਕਰ ਦਿੰਦੇ ਵਿਖਾਈ ਦੇ ਰਹੇ ਨੇ। ਬ੍ਰੈਂਪਟਨ ਇਜ਼ ਤੋਂ ਐਨਡੀਪੀ ਦੇ ਉਮੀਦਵਾਰ ਗੁਰਰਤਨ ਸਿੰਘ ਵੱਲੋਂ ਬੀਤੇ ਦਿਨੀ ਇੱਕ ਇਕੱਠ ਕੀਤਾ ਗਿਆ ਜਿਸ ਵਿੱਚ ਪਾਰਟੀ ਦਾ ਚੋਣਾਂ ਲਈ ਮੁੱਖ ਏਜੰਡਾ ਲੋਕਾਂ ਸਾਹਮਣੇ ਰੱਖਿਆ ਗਿਆ। ਓਨਟਾਰੀਓ ਸੂਬੇ ਦੀਆਂ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ। ਐਨਡੀਪੀ ਵੱਲੋਂ ਬ੍ਰੈਂਪਟਨ ਈਸਟ ਤੋਂ ਫੈਡਰਲ ਲੀਡਰ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਬੀਤੇ ਦਿਨੀ ਗੁਰਰਤਨ ਸਿੰਘ ਦੇ ਹੱਕ ਵਿੱਚ ਇੱਕ ਇਕੱਠ ਕੀਤਾ ਗਿਆ ਜਿਸ ਵਿੱਚ ਪਾਰਟੀ ਲੀਡਰ ਐਂਡਰੀਆ ਹਾਰਵਰਥ ਖਾਸ ਤੌਰ ਤੇ ਹਾਜ਼ਰ ਰਹੇ ਤੇ ਫੈਡਰਲ ਲੀਡਰ ਜਗਮੀਤ ਸਿੰਘ ਇਸ ਮੌਕੇ ਗੈਸਟ ਸਪੀਕਰ ਰਹੇ। We started a journey together here in this riding, in this part of the city. We started a movement where we said that this is not as good as it gets. We started a movement where we demanded better. We said that the status quo was not good enough. The fact that auto insurance companies were exploiting people based on where they live, exploiting racialized people, that's not acceptable. We sent a message that the current status quo with respect to our healthcare, it's not as good as it gets. We can do better and we demand better. We started that movement together and with all of you, be elected for the first time in the history of this riding a new Democratic member. Let's remember that truly universal pharmacare and dental care for everyone is on the line in this election campaign. That putting Hydro One back into public hands is on the line in this election campaign. That fixing our overcrowded hospitals and our dismal long-term care system is on the line in this election campaign. So let's knock on doors, let's talk to our neighbors, let's elect an NDP government in June. Let's go and get some good things done. Changeons pour le mieux. Thank you. Merci beaucoup. ਇਸ ਮੌਕੇ ਐਨਡੀਪੀ ਦੇ ਬ੍ਰੈਂਪਟਨ ਈਸਟ ਦੇ ਉਮੀਦਵਾਰ ਗੁਰਰਤਨ ਸਿੰਘ ਨੇ ਕਿਹਾ ਕਿ ਬੀਤੇ 7 ਸਾਲਾਂ ਤੋਂ ਉਹਨਾਂ ਦੀ ਪਾਰਟੀ ਵੱਲੋਂ ਆਟੋ ਇੰਸ਼ੋਰੈਂਸ, ਟੈਂਪਰੇਰੀ ਜੌਬ ਏਜੰਸੀਸ ਤੇ ਹੈਲਥ ਕੇਅਰ ਵਰਗੇ ਮੁੱਦੇ ਚੁੱਕੇ ਗਏ ਨੇ, ਪਰ ਹਜੇ ਤੱਕ ਕੋਈ ਹੱਲ ਸਾਹਮਣੇ ਨਹੀਂ ਆਇਆ। ਜੇ ਉਹਨਾਂ ਦੀ ਪਾਰਟੀ ਜਿੱਤ ਕੇ ਆਉਂਦੀ ਹੈ ਤਾਂ ਇਸ ਤਰ੍ਹਾਂ ਦੇ ਅਹਿਮ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇਗੀ। ਸਾਡੇ ਜਿਹੜੇ ਮੇਨ ਸਟਰੈਂਥ ਇੱਥੇ ਹੈਗਾ, ਸਾਡਾ ਲੋਕਾਂ ਨਾਲ ਸਾਡਾ ਕਾਫੀ ਰਿਲੇਸ਼ਨ ਹੈਗੀ ਆ। ਵੀ ਬਿਨ ਕਨੈਕਟਿੰਗ ਵਿਦ ਦ ਕਮਿਊਨਿਟੀ, ਵੀ ਨੋ ਦ ਕਮਿਊਨਿਟੀ, ਵੀ ਬਿਨ ਨੌਕਿੰਗ ਦੀਜ਼ ਡੋਰਸ ਅਤੇ ਨਾਲ ਦੇ ਨਾਲ ਜਿਹੜਾ ਸਾਡਾ ਪੋਜੀਸ਼ਨ ਹੈ ਸਾਡੇ ਕੋਲ ਸਭ ਤੋਂ ਜ਼ਿਆਦਾ ਪ੍ਰੋਗਰੈਸਿਵ ਪੋਜੀਸ਼ਨ ਲੋਕਾਂ ਲਈ, ਜਿਹੜਾ ਉਹਦਾ ਲੋਕ ਜਿਹੜਾ ਰੋਜ਼ ਦਾ ਮਸਲਾ ਹੈ ਉਹਦਾ ਹੱਲ ਲੱਭਣ ਲਈ ਵੀ ਆਰ ਐਡਰੈਸਿੰਗ ਦੋਜ਼ ਇਸ਼ੂਜ਼। ਦ ਲਿਬਰਲਸ ਪ੍ਰੋਮਿਸ ਟਾਈਮ ਐਂਡ ਟਾਈਮ ਅਗੇਨ, ਪਿਛਲੇ ਇਲੈਕਸ਼ਨ ਉਹ ਵਾਅਦਾ ਕੀਤਾ ਸੀਗਾ ਕਹਿੰਦੇ 15% ਘੱਟ ਹੋਣੀ ਸੀ ਆਟੋ ਇੰਸ਼ੋਰੈਂਸ ਵਿੱਚ, ਇਟ ਹੈਜ਼ਨਟ ਹੈਪਨਡ। Before election they say we're going to invest in healthcare and the hospital, but they had 15 years to create the infrastructure we need in this community and they haven't done so. So I think people are tired, they know that these are empty promises and they're ready to choose something better. ਅਸੀਂ ਗੁਰਰਤਨ ਸਿੰਘ ਦਾ ਨੋਮੀਨੇਸ਼ਨ ਕਰਿਆ ਸੀ, ਬ੍ਰੈਂਪਟਨ ਈਸਟ ਦਾ ਕੈਂਡੀਡੇਟ ਬਣਿਆ ਹੈ। ਇਸ ਵਾਲੇ ਐਨਡੀਪੀ ਨੇ ਗਵਰਨਮੈਂਟ ਫੋਰਮ ਕਰਨਾ ਹੈ ਐਂਡ ਇਸ ਜੂਨ 'ਤੇ ਅਸੀਂ ਸਾਰੇ ਕਮਿਊਨਿਟੀ ਨੂੰ ਅਰਜ ਕਰਦੇ ਹਾਂ ਕਿ ਤੁਹਾਡਾ ਵੋਟ ਪਾਓ ਜੇ ਤੁਸੀਂ ਚੇਂਜ ਫੋਰ ਦਾ ਬੈਟਰ ਬਣਾਉਣਾ ਹੈ। ਐਨਡੀਪੀ ਇਜ਼ ਦ ਗਵਰਨਮੈਂਟ ਟੂ ਡੂ ਦੈਟ ਫੋਰ ਯੂ। ਮੇਰੀ ਬਹੁਤ ਜ਼ਿਆਦਾ ਉਮੀਦ ਹੈਗੀ ਹੈ ਐਨਡੀਪੀ ਤੋਂ, ਜਿੰਨਾ ਸਾਡਾ ਮੋਮੈਂਟਮ ਹੈਗਾ ਪਾਰਟੀ ਦਾ ਔਰ ਜਿਸ ਤਰ੍ਹਾਂ ਗੁਰਰਤਨ ਸਿੰਘ ਨੇ ਆਪਣੀ ਸਪੀਚ ਦੇ ਵਿੱਚ ਵੀ ਕਿਹਾ ਕਿ ਜਿਹੜੇ ਇਸ਼ੂਜ਼ ਹੈਗੇ ਨੇ ਸਾਡੇ ਰੈਜ਼ੀਡੈਂਟਸ ਦੇ ਇੱਥੇ ਬ੍ਰੈਂਪਟਨ ਈਸਟ ਦੇ, ਉਹ ਹਲੇ ਤੱਕ ਵੀ ਉੱਥੇ ਹੀ ਨੇ ਜਦੋਂ ਜਗਮੀਤ ਨੇ ਕੈਂਪੇਨ ਸਟਾਰਟ ਕੀਤਾ ਸੀ। ਤਾਂ ਅਸੀਂ ਹੁਣ ਸੋਚਦੇ ਹਾਂ ਕਿ ਐਨਡੀਪੀ ਐਜ਼ ਏ ਪਾਰਟੀ ਜਦੋਂ ਇਲੈਕਟ ਹੋ ਕੇ ਆਪਣੀ ਗਵਰਨਮੈਂਟ ਬਣਾਉਣਗੇ ਤਾਂ ਉਹ ਸਾਰੇ ਇਸ਼ੂਜ਼ ਨੂੰ ਦੂਰ ਕਰਨ ਵਿੱਚ ਸਾਡੇ ਸਾਰੇ ਰੈਜ਼ੀਡੈਂਟਸ ਦੀ ਮਦਦ ਕਰਨਗੇ। ਸਾਡੀ ਇਹੀ ਕੋਸ਼ਿਸ਼ ਹੈ ਕਿ ਜਿਹੜੇ ਹੁਣ ਨੈਕਸਟ ਕੈਂਡੀਡੇਟ ਹੈ ਬ੍ਰੈਂਪਟਨ ਈਸਟ ਦੇ, ਉਹ ਗੁਰਰਤਨ ਸਿੰਘ ਹੈ ਐਂਡ ਯੂ ਨੋ ਹੀ ਵਿਲ ਹੀ ਇਜ਼ ਸਮਵਨ ਦੈਟ ਹੈਜ਼ ਵਰਕਡ ਫੋਰ ਦ ਕਮਿਊਨਿਟੀ ਫੋਰ ਅ ਵੈਰੀ ਲੌਂਗ ਟਾਈਮ ਐਂਡ ਹੀ ਵਿਲ ਬੀ ਓਬਵੀਅਸਲੀ ਅ ਗ੍ਰੇਟ ਐਮਪੀਪੀ ਇਫ ਸਿਲੈਕਟਡ। ਜ਼ਿਕਰਯੋਗ ਹੈ ਕਿ ਬ੍ਰੈਂਪਟਨ ਈਸਟ ਇੱਕ ਅਜਿਹੀ ਰਾਈਡਿੰਗ ਹੈ ਜਿੱਥੇ ਪੰਜਾਬੀਆਂ ਦਾ ਗੜ ਹੈ। ਇਸ ਵਾਰ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਪੰਜਾਬੀ ਹੀ ਇਸ ਸੀਟ 'ਤੇ ਆਹਮੋ ਸਾਹਮਣੇ ਨੇ, ਇਸ ਲਈ ਇਸ ਰਾਈਡਿੰਗ 'ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ। ਕੈਮਰਾਮੈਨ ਦਪਿੰਦਰ ਰੰਧਾਵਾ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਬ੍ਰੈਂਪਟਨ, ਕੈਨੇਡਾ।